ਸਤਿ ਸ਼੍ਰੀ ਅਕਾਲ ਦੋਸਤੋ, ਕੰਗਣਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ, ਜਿਸ ਨੂੰ ਕਿ ਹੁਣ ਸੈਂਸਰ ਬੋਰਡ ਵੱਲੋਂ 3 ਕੱਟ ਅਤੇ 10 ਵੱਡੇ ਬਦਲਾਅ ਤੋਂ ਬਾਅਦ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਟੀਫਿਕੇਟ UA ਦੇ ਦਿੱਤਾ ਗਿਆ ਐਮਰਜੈਂਸੀ ਫਿਲਮ ਨੂੰ। ਦੱਸ ਦਈਏ ਕਿ ਇਸ ਸਭ ਦੇ ਵਿਚਕਾਰ ਜੋ ਸੈਂਸਰ ਬੋਰਡ ਹੈ ਉਸ ਵੱਲੋਂ ਕੰਗਣਾ ਰਣੌਤ ਤੋਂ ਉਹ ਤੱਥ ਉਹ ਸਰੋਤ ਵੀ ਮੰਗੇ ਗਏ ਹਨ ਜਿਨ੍ਹਾਂ ਤੋਂ ਉਸ ਨੇ ਇਸ ਫਿਲਮ ਦੇ ਵਿੱਚ ਦਿਖਾਏ ਇਤਿਹਾਸਕ ਜੋ ਸੀਨ ਨੇ, ਜੋ ਇਤਿਹਾਸਕ ਫਿਲਮ ਹੈ ਉਸ ਦੀ ਜਾਣਕਾਰੀ ਲਈ ਹੈ। ਇਹ ਇਤਿਹਾਸਕ ਸੀਨ ਜੋ ਦਿਖਾਏ ਗਏ ਨੇ ਉਸ ਦੇ ਸਰੋਤ ਕੀ ਨੇ, ਇਹ ਜਾਣਕਾਰੀ ਵੀ ਸੈਂਸਰ ਬੋਰਡ ਵੱਲੋਂ ਮੰਗੀ ਗਈ ਹੈ। ਦੱਸ ਦਈਏ ਕਿ ਸੈਂਸਰ ਬੋਰਡ ਵੱਲੋਂ ਐਮਰਜੈਂਸੀ ਫਿਲਮ ਦਾ ਸਰਟੀਫਿਕੇਟ ਦੇਣ 'ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਦਾ ਕਿ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ, ਕਿਉਂਕਿ ਇਸ ਦੇ ਵਿੱਚ ਇਤਿਹਾਸਕ ਤੱਥਾਂ ਤੋਂ ਵੀ ਇਹ ਫਿਲਮ ਬਹੁਤ ਜ਼ਿਆਦਾ ਪਰੇ ਹੈ ਅਤੇ ਉਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਿਰਦਾਰ ਨੂੰ ਵੀ ਕਾਫੀ ਜ਼ਿਆਦਾ ਗਲਤ ਦਿਖਾਇਆ ਗਿਆ। ਜਦਕਿ ਜੋ ਇਤਿਹਾਸ ਜਾਣਦੇ ਨੇ, ਜੋ ਬਜ਼ੁਰਗ ਨੇ, ਉਹਨਾਂ ਨੂੰ ਕਹਿਣਾ ਹੈ, ਉਹਨਾਂ ਨੂੰ ਪਤਾ ਹੈ ਕਿ ਜਦੋਂ ਐਮਰਜੈਂਸੀ ਲੱਗੀ ਸੀ ਉਸ ਵੇਲੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਹੀ ਨਹੀਂ ਸਨ, ਉਦੋਂ ਤਾਂ ਉਹ ਇਸ ਮੌਕੇ ਕਿਸੇ ਸੰਸਥਾ ਦੇ ਪ੍ਰਧਾਨ ਵੀ ਨਹੀਂ ਸਨ, ਨਾ ਮੁਖੀ ਸਨ। ਫਿਰ ਉਹ ਇਸ ਫਿਲਮ ਦੇ ਵਿੱਚ ਕਿਵੇਂ ਕਿਰਦਾਰ ਦੇ ਵਿੱਚ ਦਿਖਾਏ ਗਏ ਹਨ ਉਹ ਵੀ ਕਾਫੀ ਗਲਤ ਤਰੀਕੇ ਦੇ ਨਾਲ, ਕਿਉਂਕਿ ਇਹ ਵੀ ਲੋਕਾਂ ਦਾ ਕਹਿਣਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ। ਉਹਨਾਂ ਨੂੰ ਜਦੋਂ ਇੱਕ ਵਾਰ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਸਿਰਫ ਇੰਨਾ ਕਿਹਾ ਸੀ ਕਿ ਉਹ ਨਾ ਖਾਲਿਸਤਾਨ ਦੀ ਹਮਾਇਤ ਕਰਦੇ ਨੇ ਨਾ ਵਿਰੋਧ ਕਰਦੇ ਨੇ, ਜੇਕਰ ਇੰਦਰਾ ਖਾਲਿਸਤਾਨ ਦਿੰਦੀ ਹੈ ਤਾਂ ਉਹ ਲੈ ਲੈਣਗੇ। ਤਾਂ ਦੱਸ ਦਈਏ ਕਿ ਉੱਥੇ ਹੀ ਇਸ ਫਿਲਮ ਦੇ ਵਿੱਚ ਜੋ ਸੱਚਾਈ ਤੋਂ ਪਰੇ ਇਤਿਹਾਸਕ ਤੱਥ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਕਰਕੇ ਵਿਰੋਧ ਹੋ ਰਿਹਾ ਹੈ, ਅਤੇ ਸੈਂਸਰ ਬੋਰਡ ਨੇ ਵੀ ਹੁਣ ਉਹ ਤੱਥ ਉਹ ਸਰੋਤ ਮੰਗ ਲਏ ਨੇ ਕੰਗਣਾ ਰਣੌਤ ਤੋਂ, ਅਤੇ 3 ਵੱਡੇ ਕੱਟ ਅਤੇ 10 ਬਦਲਾਅ ਕਰਨ ਤੋਂ ਬਾਅਦ ਫਿਲਮ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਜਿਵੇਂ ਕਿ ਤੁਹਾਨੂੰ ਦੱਸ ਰਹੇ ਸਾਂ ਕਿ ਜਦੋਂ ਸੈਂਸਰ ਬੋਰਡ ਵੱਲੋਂ ਇਸ ਫਿਲਮ ਦਾ ਸਰਟੀਫਿਕੇਟ ਦੇਣ 'ਤੇ ਰੋਕ ਲਗਾਈ ਗਈ ਸੀ ਤਾਂ ਉਸ ਮੌਕੇ ਕੰਗਣਾ ਰਣੌਤ ਬੰਬੇ ਹਾਈ ਕੋਰਟ ਚਲੀ ਗਈ ਸੀ, ਜਿੱਥੋਂ ਕਿ ਸੈਂਸਰ ਬੋਰਡ ਨੂੰ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਇਸ ਸਾਰੇ ਵਿਵਾਦ ਦਾ ਨਿਪਟਾਰਾ ਕਰਨ ਅਤੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ 18 ਸਤੰਬਰ ਤੱਕ ਤਰੀਕ ਦੇਣ। ਦੋਸਤੋ, ਤੁਹਾਡਾ ਇਸ ਬਾਰੇ ਕੀ ਕਹਿਣਾ? ਉੱਥੇ ਹੀ ਇਸ ਸਭ ਦੇ ਵਿਚਕਾਰ ਇੱਕ ਵਿਵਾਦ ਹੋਰ ਕੰਗਣਾ ਰਣੌਤ ਦੇ ਨਾਲ ਜੁੜਿਆ, ਜਿੱਥੇ ਕਿ ਇੱਕ ਮੁਸਲਿਮ ਨੌਜਵਾਨ ਸਾਹਮਣੇ ਜਿਸ ਦੇ ਨਾਲ ਕੰਗਣਾ ਰਣੌਤ ਲਿਵਨ ਦੇ ਵਿੱਚ ਰਹਿੰਦੇ, ਅਤੇ ਇੱਥੇ ਇਹ ਵੀ ਪਤਾ ਲੱਗਿਆ ਕਿ ਚੁੱਪ ਚਪੀਤੇ ਇਸ ਮੁਸਲਿਮ ਨੌਜਵਾਨ ਦੇ ਨਾਲ ਕੰਗਣਾ ਰਣੌਤ ਨੇ ਵਿਆਹ ਵੀ ਕਰਵਾ ਲਿਆ ਸੀ, ਨਿਕਾਹ ਵੀ ਕਰਵਾ ਲਿਆ ਸੀ। ਅਤੇ ਆਓ ਤੁਹਾਨੂੰ ਉਹ ਵੀ ਵੀਡੀਓ ਦਿਖਾਉਂਦੇ ਹਾਂ ਜਿਸ ਦੇ ਵਿੱਚ ਇੰਦੀ ਜਸਵਾਲ ਨੇ ਕੁਝ ਅੰਦਰਲੇ ਖੁਲਾਸੇ ਕੀਤੇ ਨੇ। ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਕੰਗਣਾ ਰਣੌਤ ਦੀ ਜੋ ਫਿਲਮ ਵਿਵਾਦਿਤ ਐਮਰਜੈਂਸੀ ਹੈ ਉਸ 'ਤੇ ਬੈਨ ਲੱਗਣਾ ਚਾਹੀਦਾ ਜਾਂ ਫਿਰ ਨਹੀਂ? ਯੈਸ ਜਾਂ ਨੋ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਕੇ ਅੱਗੇ ਜ਼ਿਆਦਾ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ। ਹੁਣ ਦੇਖੋ ਇੰਦੀ ਜਸਵਾਲ ਨੇ ਕੰਗਣਾ ਰਣੌਤ ਬਾਰੇ ਕੀ ਖੁਲਾਸੇ ਕੀਤੇ ਨੇ, ਕਿਉਂਕਿ ਹਮੇਸ਼ਾ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂ ਧਰਮ ਤੋਂ ਬਿਨਾਂ ਹੋਰ ਸਾਰੀਆਂ ਕਮਿਊਨਿਟੀਆਂ ਨੂੰ ਮਾੜਾ ਬੋਲਦੀ। ਸਾਰੇ ਪਾਸੇ ਸ਼ੇਅਰ ਕਰੋ, ਭੇਡਾਂ ਦਾ ਨਵਾਂ ਪਾਪਾ ਲੱਭਿਆ ਜੀ, ਮੁਸਲਿਮ ਆ ਜੀ, ਆ ਭੇਡਾਂ ਦੀ ਆ ਜਿਹੜੀ ਆ ਹੈਗੀ ਆ, ਕੰਗਣਾ ਦਾ ਨਵਾਂ ਯਾਰ ਦੇਖ ਸਕਦੇ, ਸਿੱਦੀਕੀ ਹੈ, ਮੁਸਲਿਮ ਆ, ਇਹ ਮੁਸਲਮਾਨਾਂ ਨੂੰ ਮਾੜਾ ਚੰਗਾ ਦਿਨ ਰਾਤ ਕਹਿੰਦੇ ਆ ਬਾਈ ਜੀ। ਸੋ ਦੇਖ ਸਕਦੇ ਆ ਪੰਜਾਬੀ ਚ, ਤੁਹਾਨੂੰ ਕਿਸੇ ਨੇ ਨੀ ਦੱਸਿਆ ਹੋਣਾ ਇਹਦਾ ਨਵਾਂ ਯਾਰ। ਸੋ ਦੇਖ ਸਕਦੇ ਆ ਇਹਦੇ ਨਾਲ ਹੀ ਰਹਿੰਦਾ ਸੀ, ਦੇਖੋ ਪੱਪੀਆਂ ਵਾਲੀਆਂ ਸਪੈਸ਼ਲ ਇਸ ਦੀਆਂ ਤਸਵੀਰਾਂ ਸ਼ੋਅ ਕੀਤੀਆਂ, ਪੰਜਾਬੀਆਂ ਨੂੰ ਕਿੰਨਾ ਮਾੜਾ ਚੰਗਾ ਕਹਿੰਦੀ ਆ। ਸੋ ਜਿਹੜੀਆਂ ਭੇਡਾਂ ਆ ਤੁਹਾਨੂੰ ਪਤਾ ਸਿੱਖਾਂ ਨੂੰ, ਈਸਾਈਆਂ ਨੂੰ ਤੇ ਮੁਸਲਿਮ ਨੂੰ ਕਿੰਨਾ ਮਾੜਾ ਚੰਗਾ ਕਹਿੰਦੇ ਆ, ਪਰ ਇਹਨਾਂ ਦੀ ਜਿਹੜੀ ਮੇਰੇ ਮੂੰਹੋਂ ਸੁਣਦੀਆਂ ਭੇਡਾਂ
ਆ ਦੇਖੋ ਯਾਰ ਇਸ ਦਾ ਸੋ ਦੇਖ ਸਕਦੇ ਆ ਕਿੱਦਾਂ ਪੱਪੀਆਂ ਜੱਪੀਆਂ ਦੇਖੋ ਬਾਈ ਜੀ ਆ ਦੇਖ ਸਕਦੇ ਆ ਇਹ ਕੋਈ ਉੱਦਾਂ ਹੀ ਨੀ ਪੱਪੀਆਂ ਜੱਪੀਆਂ ਪਾ ਰਹੀ ਦਾ ਯਾਰ ਰੱਖਿਆ ਹੋਇਆ ਸੀ ਸੋ ਭੇਡਾਂ ਤੱਕ ਪਹੁੰਚਾਇਓ ਹਾਂਜੀ ਜਿਹੜੀਆਂ ਮਾੜਾ ਚੰਗਾ ਕਹਿੰਦੀਆਂ ਆ ਸਿੱਖਾਂ ਨੂੰ ਤੇ ਹੋਰਾਂ ਨੂੰ ਵੀ ਸੋ ਦੇਖ ਸਕਦੇ ਸਿੱਦੀਕੀ ਇਸ ਦਾ ਨਾਂ ਸੀਗਾ ਇਸ ਨੇ ਪੱਕਾ ਹੀ ਨਾਂ ਰੱਖਿਆ ਹੋਇਆ ਸੀ ਇਸ ਲਈ ਰੱਖਿਆ ਸੀ ਲਾਇਰ ਸੀ ਹੋਰ ਵੀ ਇਸ ਦੀਆਂ ਗੱਲਾਂ ਹੋਰ ਵੀ ਸ਼ੋਅ ਕਰੂੰਗਾ ਸਾਰੇ ਪੰਜਾਬੀਆਂ ਦੇ ਫੋਨ 'ਚ ਵੀਡੀਓ ਪਹੁੰਚਾਇਓ ਤੇ ਭੇਡਾਂ ਦੀ ਕਰਾਇਓ ਤੇ ਫੋਲੋ ਵੀ ਕਰ ਲਿਓ ਜੀ ਮੇਰਾ ਖਾਤਾ ਸ਼ੁਕਰੀਆ ਤੇ ਸ਼ੇਅਰ ਕਰਿਓ ਸਾਰੇ ਪਾਸੇ।